ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਸੋ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਲਈ ਫਿਰ ਤੋਂ ਹਾਜ਼ਰ ਹੋਏ ਹਾਂ ਜੀ ਇਸ ਵੀਡੀਓ ਦੇ ਵਿੱਚ ਜੋ ਆਪਾਂ ਗੱਲ ਕਰਾਂਗੇ ਵੀ ਜਦੋਂ ਤੁਸੀਂ ਟ੍ਰੇਨਿੰਗ ਦੇ ਲਈ ਜਾਣਾ ਤਾਂ ਟ੍ਰੇਨਿੰਗ ਦੇ ਉੱਪਰ ਕਿਹੜਾ ਜ਼ਰੂਰੀ ਸਮਾਨ ਹੈ ਜਿਹੜਾ ਤੁਸੀਂ ਲੈ ਕੇ ਜਾਣਾ ਕਿਹੜਾ ਸਮਾਨ ਹੈ ਜਿਹੜਾ ਤੁਹਾਨੂੰ ਉੱਥੋਂ ਹੀ ਮਿਲ ਜਾਏਗਾ ਟ੍ਰੇਨਿੰਗ ਸੈਂਟਰ ਦੇ ਵਿੱਚੋਂ ਹੀ ਠੀਕ ਹੈ ਕਿਹੜਾ ਤੁਸੀਂ ਘਰੋਂ ਲੈ ਕੇ ਜਾਣਾ ਸੋ ਇਹ ਸਾਰੀ ਵੀਡੀਓ ਤੁਸੀਂ ਐਂਡ ਤੱਕ ਜ਼ਰੂਰ ਦੇਖਣਾ ਤੁਹਾਨੂੰ ਪਤਾ ਚੱਲ ਜਾਏਗਾ ਕਿ ਕਿਹੜਾ ਜ਼ਰੂਰੀ ਸਮਾਨ ਹੈ ਜਿਹੜਾ ਕਿਹੜਾ ਸਮਾਨ ਜਿਹੜਾ ਤੁਹਾਨੂੰ ਟ੍ਰੇਨਿੰਗ ਸੈਂਟਰ ਦੇ ਵਿੱਚੋਂ ਮਿਲ ਜਾਏਗਾ ਸੋ ਜ਼ਿਆਦਾ ਦੇਰੀ ਨਾਲੋਂ ਦੋ ਇਹ ਜੋ ਵੀਡੀਓ ਆਪਾਂ ਸ਼ੁਰੂ ਕਰਦੇ ਆਂ ਇਹ ਸਾਰੇ ਸਮਾਨ ਦੀ ਜੋ ਇੱਕ ਲਿਸਟ ਹੈਗੀ ਉਹ ਲਿਸਟ ਮੈਂ ਬਣਾ ਰੱਖੀ ਉਹ ਲਿਸਟ ਕੀ ਹੈ ਮੈਂ ਤੁਹਾਨੂੰ ਇਹ ਸਭ ਨੂੰ ਲਿਸਟ ਦੇਣ ਲੱਗਿਆ ਹਾਂਜੀ ਉਸ ਲਿਸਟ ਦੇ ਵਿੱਚ ਸਭ ਤੋਂ ਪਹਿਲਾਂ ਕੀ ਹੈ ਆਪਾਂ ਨੇ ਲੈ ਕੇ ਜਾਣਾ ਆਪਣੇ ਨਾਲ ਇੱਕ ਟ੍ਰੰਕ ਜਿਹਨੂੰ ਆਪਾਂ ਕਹਿ ਦੇਣਾਗੇ ਬਾਕਸ ਆ ਜਾਂ ਬਾਕਸ ਕਹਿ ਦਿੰਦੇ ਆ ਤੇ ਨਾਲ ਆਪਾਂ ਲੈ ਕੇ ਜਾਣਾ ਦੋ ਤਾਲੇ ਲੋਕ ਠੀਕ ਹੈ ਜੀ ਟਰੰਕ ਦੇ ਵਿੱਚ ਕੀ ਆਪਾਂ ਨੇ ਆਪਣਾ ਸਾਰਾ ਸਮਾਨ ਰੱਖਣਾ ਬੈਠੇ ਤੁਹਾਨੂੰ ਉੱਥੇ ਅਲਮਾਰੀਆਂ ਵੀ ਮਿਲ ਜਾਣਗੀਆਂ ਇੱਕ ਲੋਕ ਤੁਸੀਂ ਨੇ ਅਲਮਾਰੀ ਨੂੰ ਲਗਾਉਣਾ ਇੱਕ ਲੋਕ ਲਾਉਣਾ ਤੁਸੀਂ ਨੇ ਟਰੰਕ ਨੂੰ ਟਰੰਕ ਦੇ ਵਿੱਚ ਤੁਸੀਂ ਆਪਣਾ ਕੀ ਕੀਮਤੀ ਸਮਾਨ ਰੱਖਣਾ ਜਿੱਦਾਂ ਤੁਹਾਡਾ ਪਰਸ ਹੋ ਗਿਆ ਠੀਕ ਹੈ ਜੀ ਤੇ ਤੁਹਾਡਾ ਮੋਬਾਈਲ ਹੋਣਾਗਾ ਜਦੋਂ ਵੀ ਤੁਸੀਂ ਕਮਰੇ ਤੋਂ ਬਾਹਰ ਜਾਣਾ ਤਾਂ ਆਪਣਾ ਮੋਬਾਈਲ ਫੋਨ ਤੇ ਪਰਸ ਚਾਹ ਟਰੰਕ ਦੇ ਵਿੱਚ ਰੱਖ ਕੇ ਜਾਣਾ ਤੇ ਨੂੰ ਤਾਲੇ ਲਗਾ ਕੇ ਜਾਣਾਗਾ ਤਾਂ ਕਿ ਤੁਹਾਡਾ ਜਿਹੜਾ ਸਮਾਨ ਆ ਉਹ ਚੋਰੀ ਨਾ ਹੋਵੇ ਸੇਫ ਰਹੇ ਤੇ ਇਸ ਤੋਂ ਇਲਾਵਾ ਜਿਹੜਾ ਤੁਸੀਂ ਸੋਨੇ ਚਾਂਦੀ ਦਾ ਤੁਹਾਡੇ ਕੋਲ ਕੋਈ ਹੋਰ ਸਮਾਨ ਆ ਸਾਂਪ ਵਗੈਰਾ ਚਾਂਦੀ ਹੈ ਉਹ ਤਾਂ ਮੈਂ ਤੁਹਾਨੂੰ ਇਹ ਸਲਾਹ ਦਵਾਂਗਾ ਵੀ ਤੁਸੀਂ ਨਾਲ ਲੈ ਕੇ ਨਾ ਜਾਓ ਘਰੀ ਰੱਖੋ ਆਪਣਾ ਠੀਕ ਹੈ ਜੀ ਜੇ ਲੈ ਕੇ ਵੀ ਜਾਣਾ ਤਾਂ ਕਿ ਇਹ ਟਰੰਕ ਦੇ ਵਿੱਚ ਰੱਖਣਾ ਆਪਣਾ ਉਹਨੂੰ ਲੋਕ ਲਗਾ ਕੇ ਜਾਣਾ ਤੇ ਇਸ ਤੋਂ ਇਲਾਵਾ ਇੱਕ ਪਾਣੀ ਵਾਲੀ ਬੋਤਲ ਹੋਗੀ 2 ਲੀਟਰ ਦੀ ਠੀਕ ਹੈ ਜੀ ਪਾਣੀ ਵਾਲੀ ਬੋਤਲ ਲੈ ਕੇ ਜਾਣੀ ਹੈ ਇੱਕ ਗਰਮ ਪਾਣੀ ਵਾਲੀ ਬੋਤਲ ਜਿਹੜੀ ਉਹ ਵੀ ਤੁਸੀਂ ਜ਼ਰੂਰ ਲੈ ਕੇ ਜਾਣੀ ਹੈਗੀ ਠੀਕ ਹੈ ਜੀ ਗਰਮ ਪਾਣੀ ਵਾਲੀ ਬੋਤਲ ਦੀ ਤੁਹਾਨੂੰ ਕੀ ਲੋਡ ਪੈਣੀ ਹੈਗੀ ਠੰਡ ਦੇ ਵਿੱਚ ਗਰਮ ਪਾਣੀ ਤੁਹਾਨੂੰ ਮਿਲਣਾਗਾ ਸਿਵਲ ਡਰੈਸਾਂ ਜਿਹੜੀਆਂ ਤੁਸੀਂ ਲੈ ਜਾਣੀਆਂ ਨੇ ਦੋ ਟੀ-ਸ਼ਰਟ ਤੇ ਲੋਅਰ ਸਿਵਲ ਨੇ ਉਹ ਵੀ ਤੁਸੀਂ ਜ ਆਪਣੇ ਹਿਸਾਬ ਨਾਲ ਲੈ ਜਾਓ ਠੀਕ ਹੈ ਜੀ ਰੁਮਾਲ ਹੋ ਗਿਆ ਤ ਜੁਰਾਬਾਂ ਹੋ ਗਈਆਂ ਠੀਕ ਹੈ ਜੀ ਜੁਰਾਬਾਂ ਖਾਕੀ ਲੈ ਕੇ ਜਾਣੀਆਂ ਤੁਸੀ ਨੇ ਤੇ ਦੂਸਰੀਆਂ ਵੀ ਸਿਵਲ ਵਾਲੀਆਂ ਮਿਲ ਜਾ ਸਕਦੇ ਹੋ ਤੇ ਬਣਾਇਣਾ ਹੋ ਗਈਆਂ ਠੀਕ ਹੈ ਜੀ ਟੂਥ ਪੇਸਟ ਹੋ ਗਿਆ ਬਰਸ਼ ਹੋ ਗਿਆ ਕੰਗਾ ਹੋ ਗਿਆ ਤੇਲ ਹੋ ਗਿਆ ਇਹ ਜਿਹੜਾ ਰੋਜ਼ਾਨਾ ਜ਼ਰੂਰਤ ਦਾ ਸਮਾਨ ਹੈ ਇਹ ਤੁਸੀਂ ਲੈ ਕੇ ਜਾਣਾ ਚੱਪਲਾਂ ਹੋ ਗਈਆਂ ਨਹਾਉਣ ਵਾਲੀ ਸਾਬਣ ਕੱਪੜੇ ਧੋਣ ਵਾਲੀ ਸਾਬਣ ਤੇ ਇੱਕ ਜੋ ਸਾਬਣਦਾਨੀ ਹੈ ਉਹ ਵੀ ਜ਼ਰੂਰ ਤੁਸੀਂ ਲੈ ਕੇ ਜਾਣੀ ਹੈਗੀ ਠੀਕ ਹੈ ਜੀ ਇਸ ਤੋਂ ਇਲਾਵਾ ਜਿਹੜੇ ਕੱਪੜੇ ਤੁਹਾਨੂੰ ਉੱਥੇ ਆਪਦੇ ਆਪ ਹੀ ਧੋਣੇ ਪੈਣੇ ਤਾਂ ਕੱਪੜੇ ਧੋਣ ਵਾਲਾ ਬਰਸ਼ ਦੇ ਨਾਲ ਸਰਪਾ ਜਿਹੜਾ ਇਹ ਵੀ ਤੁਸੀਂ ਲੈ ਕੇ ਜਾਣਾ ਠੀਕ ਹੈ ਜੀ ਨੇਲ ਕਟਰ ਜਿਹੜਾ ਨੌ ਬਟਨ ਲਈ ਲੈ ਜਾ ਸਕਦੇ ਤੁਸੀਂ ਸ਼ੀਸ਼ਾ ਬਹੁਤ ਜ਼ਰੂਰੀ ਆ ਸ਼ੀਸ਼ੇ ਦੇ ਵਿੱਚ ਹੀ ਤੁਸੀਂ ਕੀ ਆ ਪੱਗ ਬੰਨ੍ਹਣੀ ਆਪਣੀ ਠੀਕ ਹੈ ਸਾਰਾ ਕੁਝ ਸ਼ੀਸ਼ੇ ਦੇ ਵਿੱਚ ਹੀ ਦੇਖਣਾ ਤੁਸੀਂ ਉੱਥੇ ਤਾਂ ਸ਼ੀਸ਼ਾ ਜ਼ਰੂਰ ਇੱਕ ਵਧੀਆ ਜਿਹਾ ਆਪਣੇ ਨਾਲ ਲੈ ਕੇ ਜਾਣਾ ਤੁਸੀਂ ਨੇ ਫੇਸ ਬੋਸ ਵੀ ਲੈ ਜਾ ਸਕਦੇ ਤੁਸੀਂ ਪਾਊਡਰ ਵਗੈਰਾ ਲੈ ਕੇ ਜਾ ਸਕਦੇ ਹੋ ਠੀਕ ਹੈ ਜੀ ਤੇ ਇੱਕ ਤੁਸੀਂ ਲੈ ਕੇ ਜਾਣਾ ਉੱਥੇ ਐਕਸਟੈਂਸ਼ਨ ਬੋਰਡ ਕਿਉਂਕਿ ਜਿਹੜੇ ਕਮਰੇ ਦੇ ਵਿੱਚ ਤੁਸੀਂ ਹੋਣਾ ਉੱਥੇ ਹਰ ਇੱਕ ਬੰਦੇ ਨੇ ਫੋਨ ਚਾਰਜ ਲਗਾਉਣਾ ਪਲੱਗ 2-3 ਹੀ ਹੋਣੇ ਉੱਥੇ ਕੰਬਰ ਦੇ ਵਿੱਚ ਸਿਰਫ ਦੋ ਬੋਟ ਲੱਗੇ ਹੁੰਦੇ ਹੈਗੇ ਤੇ ਉੱਥੇ ਐਕਸਟੈਂਸ਼ਨ ਬੋਰਡ ਆ ਜਿਹੜਾ ਉਹ ਕੰਮ ਆਉਂਦਾ ਫਿਰ ਜੇ ਤੁਸੀਂ ਆਪਣੇ ਫੋਨ ਚਾਰਜ ਕਰਨੇ ਹੈਗੇ ਠੀਕ ਹੈ ਨਹੀਂ ਤਾਂ ਤੁਹਾਨੂੰ ਕੀ ਹੈ ਵੇਟ ਕਰਨੀ ਪੈਣੀ ਹੈ ਤਾਂ ਐਕਸਟੈਂਸ਼ਨ ਬੋਰਡ ਆ ਜਿਹੜਾ ਉਹ ਜ਼ਰੂਰ ਹੀ ਲੈ ਕੇ ਜਾਣਾਗਾ ਹੋਰ ਚਾਹੇ ਚੀਜ਼ਾਂ ਜਿਹੜੀਆਂ ਪੁੱਲ ਜੋ ਐਕਸਟੈਂਸ਼ਨ ਬੋਰਡ ਜ਼ਰੂਰ ਲੈ ਕੇ ਆਣ ਤੁਸਨੇ ਤੇ ਇਸ ਤਰ੍ਹਾਂ ਮੋਬਾਈਲ ਫੋਨ ਤੇ ਚਾਰਜਰ ਤੁਸੀਂ ਲੈ ਕੇ ਜਾਉਂਗੇ ਹੈ ਨਾ ਕਿਤੇ ਉੱਥੇ ਕਈ ਵਾਰੀ ਕੀ ਹੈ ਟ੍ਰੇਨਿੰਗ ਕਰਦੇ ਸਮੇਂ ਤੁਹਾਨੂੰ ਲੱਤਾਂਾਂ ਵਿੱਚ ਦਰਦ ਹੋਣ ਲੱਗ ਜਾਂਦਾਗਾ ਤਾਂ ਮੂਵ ਆ ਜਿਹੜੀ ਉਹ ਤੁਸੀਂ ਜ਼ਰੂਰ ਲੈ ਕੇ ਜਾਇਓ ਠੀਕ ਹੈ ਜੀ ਤੇ ਜਿਹੜਾ ਸਾਰਾ ਸਮਾਨ ਮੈਂ ਦੱਸ ਰਿਹਾ ਇਹ ਜਿਹੜਾ ਸਾਰਾ ਸਮਾਨ ਤੁਹਾਨੂੰ ਉੱਥੋਂ ਵੀ ਮਿਲ ਜੂਗਾ ਟ੍ਰੇਨਿੰਗ ਸੈਂਟਰ ਦੇ ਵਿੱਚੋਂ ਪਰ ਉੱਥੇ ਕਈ ਵਾਰੀ ਆਪਾਂ ਨੂੰ ਕੀ ਹੈ ਲਾਈਨ ਦੇ ਵਿੱਚ ਲੱਗਣਾ ਪੈਂਦਾ ਆਪਣੇ ਕੋਲ ਸਮਾਂ ਘੱਟ ਹੁੰਦਾ ਤੇ ਵੀਡੀਓ ਦੇ ਐਂਡ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਵੀ ਇਹਦੇ ਵਿੱਚ ਤੁਸੀਂ ਕਿਹੜਾ ਸਮਾਨ ਹੈ ਜਿਹੜਾ ਤੁਸੀਂ ਨਾਲ ਲੈ ਕੇ ਜਾ ਸਕਦੇ ਹੋ ਕਿਹੜਾ ਸਮਾਨ ਜਿਹੜਾ ਤੁਸੀਂ ਉੱਥੋਂ ਖਰੀਦ ਲਿਓ ਪੋਰਸ ਲਾਈਨ ਦੇ ਕੰਟੀਨੂ ਦੇ ਵਿੱਚੋਂ ਠੀਕ ਹੈ ਜੀ ਸੋ ਅੱਗੇ ਗੱਲ ਕਰਦੇ ਅੱਗੇ ਆਪਾਂ ਹੋਰ ਕੀ ਕੋਈ ਸਮਾਨ ਹੈ ਜਿਹੜਾ ਉਹ ਨਾਲ ਲੈ ਕੇ ਜਾਣਾ ਨੋਟਬੁక్స్ ਲੈ ਜਾ ਸਕਦੇ ਆਪਾਂ ਠੀਕ ਹੈ ਜੀ ਦੋ ਨੋਟਬੁక్స్ ਪੈਨ ਲੈ ਜਾਓ ਚਾਰ ਪੰਜ ਠੀਕ ਹੈ ਜੀ ਤੇ ਸਿਵਲ ਦੇ ਬੂਟ ਵੀ ਜਰੂਰ ਤੁਸੀਂ ਲੈ ਕੇ ਜਾਣਾ ਜਦੋਂ ਤੁਹਾਡੀ ਪਰਮਿਸ਼ਨ ਜਾਂਦੀ ਹੈ ਤਾਂ ਪਰਮਿਸ਼ਨ ਦੇ ਵਿੱਚ ਕੀ ਹੈ ਤੁਸੀਂ ਨੇ ਸਿਵਲ ਸਿਵਲ ਡਰੈਸ ਕਰਨੀ ਹੁੰਦੀ ਹੈ ਜਾਂ ਕਈ ਵਾਰੀ ਕਹਿੰਦੇ ਫਾਰਮਲ ਕਰਕੇ ਜਾਓ ਠੀਕ ਹੈ ਤਾਂ ਉਹ ਜਰੂਰ ਤੁਸੀਂ ਬੂਟ ਲੈ ਜਾਣਾ ਇੱਕ ਫਾਰਮਲ ਬੂਟ ਲੈ ਜਾਣਾ ਅਤੇ ਦੂਜੇ ਇੱਕ ਆਪਣੇ ਸਪੋਰਟਸ ਸ਼ੂਜ਼ ਲੈ ਜਾਣਾ ਤੇ ਸਿਵਲ ਦੀ ਪੱਗ ਵੀ ਲੈ ਕੇ ਜਾਣੀ ਇੱਕ ਪੱਗ ਬੰਨ੍ਹ ਕੇ ਜੋ ਤੁਸੀਂ ਬਾਹਰ ਜਾਣਾ ਹੁੰਦਾ ਟ੍ਰੇਨਿੰਗ ਸੈਂਟਰ ਦੇ ਵਿੱਚੋਂ ਤੇ ਪੱਗ ਬੰਨ੍ਹ ਕੇ ਆਉਣਾ ਹੁੰਦਾ ਅੰਦਰ ਤੇ ਰਨਿੰਗ ਬੂਟ ਨੇ ਜਿਹੜੇ ਰਨਿੰਗ ਬੂਟ ਤੁਸੀਂ ਟ੍ਰੇਨਿੰਗ ਸੈਂਟਰ ਦੇ ਵਿੱਚੋਂ ਤੁਹਾਨੂੰ ਮਿਲ ਜਾਣਗੇ ਤੁਸੀਂ ਬਾਹਰੋਂ ਵੀ ਲਿਆ ਸਕਦੇ ਹੋਗੇ ਦੂਲ ਹੈ ਉਹ ਤੁਸੀਂ ਇਹ ਤੇ ਵਾਈਟ ਕਲਰ ਦੇ ਵਿੱਚ ਚੁਣਨੇ ਚਾਹੀਦੇ ਨੇ ਠੀਕ ਹੈ ਜੀ ਤੇ ਅੰਡਰਵੇਅਰ ਹੋ ਗਿਆ ਆਪਣੇ ਜਿੰਨੇ ਵੀ ਤੁਹਾਨੂੰ ਲੋੜ ਹੈਗੀ 4 5 6 ਜਿੰਨੇ ਤੁਹਾਨੂੰ ਲੋੜ ਹੈ ਪੱਗ ਦੀ 50 ਲਿਆ ਸਕਦੇ ਆ ਠੀਕ ਹੈ ਪੱਗ ਪੈਨ ਹੋ ਗਿਆ ਬਾਜ ਤੇ ਇੱਕ ਸਿੰਪਲ ਵੈਲਟ ਹੁੰਦੀ ਜਿਹੜੀ ਆਪਣੀ ਸਿਵਲ ਡਰੈਸ ਵਾਲੀ ਠੀਕ ਹੈ ਜੀ ਉਹ ਵੈਲਟ ਲੈ ਕੇ ਜਾਣੀ ਹੈ ਤੇ ਬੈਗ ਤੁਸੀਂ ਲਿਆਉਣੇਗੇ ਠੀਕ ਹੈ ਜੀ ਇੱਕ ਦੋ ਜਿੰਨੇ ਵੀ ਤੁਹਾਡਾ ਸਮਾਨ ਆ ਉਸ ਸਮਾਨ ਦੇ ਹਿਸਾਬ ਨਾਲ ਤੁਸੀਂ ਜੋ ਆਪਣੇ ਬੈਗ ਉਹ ਲਿਆ ਸਕਦੇ ਹੋ ਪਾਲਿਸ਼ ਲੈ ਜਾਣੀ ਹੈ ਚੈਰੀ ਦੀ ਜਾਂ ਇੱਕ ਬ੍ਰਸ਼ ਨਾਲ ਜ਼ਰੂਰ ਲਿਆਣਾ ਠੀਕ ਹੈ ਜੀ ਬੂਟ ਪਾਲਿਸ਼ ਕਰਨੇ ਪੈਣਾ ਤੁਹਾਨੂੰ ਡੇਲੀ ਬੂਟ ਆਪਣੇ ਆਪ ਹੀ ਪਾਲਿਸ਼ ਕਰਨੇ ਪੈਣੇ ਤੇ ਸੂਜਤਾ ਕਾ ਜ਼ਰੂਰ ਲੈ ਜਾਣਾ ਤੁਹੋ ਕਈ ਵਾਰੀ ਕਿ ਵਰਦੀ ਦਾ ਜਿਹੜਾ ਬਟਨ ਉਹ ਟੁੱਟ ਜਾਂਦਾ ਤਾਂ ਬਟਨ ਲਈਦਾ ਸੂਜਤਾ ਕਾ ਜਿਹੜਾ ਜ਼ਰੂਰੀ ਹੈ ਇਹ ਜ਼ਰੂਰ ਲੈ ਕੇ ਜਾਣਾਗਾ ਠੀਕ ਹੈ ਜੀ ਇਹ ਨਹੀਂ ਭੁੱਲਣਾਗਾ ਵਰਦੀ ਵਾਲੇ ਬਟਨ ਲੈ ਜਾਣੇ ਤੇ ਇੱਕ ਚਾਹ ਪੀਣ ਲਈ ਗਲਾਸ ਲੈ ਕੇ ਜਾਣਾ ਠੀਕ ਹੈ ਚਮਚ ਵਗੈਰਾ ਲਿਆਉਣਾ ਕਰੋ ਠੀਕ ਹੈ ਜੀ ਤੇ ਇੱਕ ਲੈ ਕੇ ਜਾਣ ਤੁਸੀਂ ਜੀ ਕੱਪੜੇ ਸੁਕਾਉਣ ਲਈ ਰੱਸੀ ਇਹ ਤੁਹਾਨੂੰ ਉੱਥੋਂ ਨਹੀਂ ਮਿਲਣੀ ਰੱਸੀ ਜਿਹੜੀ ਠੀਕ ਹੈ ਜੀ ਇੱਕ ਤੁਹਾਨੂੰ ਦੱਸ ਦਿਆਂ ਪਹਿਲਾਂ ਐਕਸਟੈਂਸ਼ਨ ਬੋਰਡ ਠੀਕ ਹੈ ਉਹ ਵੀ ਉੱਥੋਂ ਨਹੀਂ ਮਿਲਣਾਗਾ ਉਹ ਤੁਸੀਂ ਆਪਣਾ ਲੈ ਕੇ ਆਉਣਾਗਾ ਠੀਕ ਹੈ ਇਹ ਸੂਈ ਤਾਂ ਅੱਗਾ ਆਪਣਾ ਲੈ ਕੇ ਆਉਣਾ ਉਹ ਵੀ ਤੁਹਾਨੂੰ ਉੱਥੋਂ ਨਹੀਂ ਮਿਲਣਾ ਕੱਪੜੇ ਸੁਕਾਉਣ ਲਈ ਕੀ ਹੈ ਰੱਸੀ ਰੱਸੀ ਬਹੁਤ ਜ਼ਰੂਰੀ ਹੈ ਉੱਥੇ ਰੋਲਾ ਪਿਆ ਕਰਨਾ ਥੋੜੀ ਲੜਾਈ ਹੋਇਆ ਕਰਨੀ ਹੈ ਜਿੰਨੇ ਰੱਸੀਆਂ ਤੁਹਾਡੇ ਕੋਲ ਵੱਧ ਹੋਣਗੇ ਉਹਨੇ ਦੇ ਕੱਪੜੇ ਸੁਕਾ ਸਕਦੇ ਹੋ ਨਹੀਂ ਕੀ ਹੈ ਕਾਂਵਰੇਜ ਤੁਸੀਂ 6 7 ਜਨਾਂ ਨੂੰ ਹੋਇਆ ਕਰਨਾ ਸਾਰਿਆਂ ਨੂੰ ਇੱਕ ਰੱਸੀ ਦੇ ਉੱਪਰ ਹੀ ਕੱਪੜੇ ਪਾਉਣੇ ਆ ਤੇ ਇਹ ਜ਼ਰੂਰ ਲੈ ਕੇ ਜਾਣੀਆਂ ਠੀਕ ਹੈ ਇੱਕ ਪੰਜਾਬ ਪੁਲਿਸ ਦੀਆਂ ਲੋਗੋ ਵਾਲੀਆਂ ਟੀ-ਸ਼ਰਟਾਂ ਨੇ ਜਿਹੜੀਆਂ 4-5 ਇਹ ਜ਼ਰੂ ਇਹ ਜਿਹੜੀ ਟੀ-ਸ਼ਰਟ ਨੇ ਤੁਹਾਨੂੰ ਪੁਲਿਸ ਲਾਈਨ ਦੇ ਵਿੱਚੋਂ ਜਿਹੜਾ ਤੁਹਾਨੂੰ ਡਿਸਟ੍ਰਿਕਟ ਅਲਾਟ ਹੋਆ ਉੱਥੋਂ ਤੁਹਾਨੂੰ ਮਿਲਦੀ ਹੈ 180 ਤੋਂ 200 ਰੁਪਏ ਦੇ ਵਿਚਕਾਰ ਜੇ ਤੁਸੀਂ ਟ੍ਰੇਨਿੰਗ ਸੈਂਟਰ ਦੇ ਵਿੱਚੋਂ ਲੈਣਾ ਤਾਂ ਉੱਥੋਂ ਤੁਹਾਨੂੰ ਮਿਲਦੀ ਹੈ 350 ਤੋਂ 400 ਦੀ ਇੱਕ ਉੱਥੇ ਬਹੁਤ ਜ਼ਿਆਦਾ ਮਹਿੰਗੀਆਂ ਨੇ ਠੀਕ ਹੈ ਤਾਂ ਇਹ ਤੁਸੀਂ ਪਹਿਲਾਂ ਤੁਸੀਂ 4-5 ਆਪਣੀ ਪੁਲਿਸ ਲਾਈਨ ਦੇ ਵਿੱਚੋਂ ਲੈ ਜਾਓ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਬਾਲਟੀ ਉਹ ਕਿਨਾਂ ਲਈ ਮੱਗ ਹੋ ਗਿਆ ਠੀਕ ਹੈ ਸਰਾਣਾਂ ਲਈ ਆ ਸਕਦੇ ਹੋ ਤੁਸੀਂ ਆਉਂਦੀ ਸਹੂਤਾ ਦੇ ਅਨੁਸਾਰ ਲੈ ਜਾਣਾ ਤਾਂ ਨਹੀਂ ਨਾਲ ਜਾ ਸਕਦੇ ਹੋ ਠੀਕ ਹੈ ਜੀ ਇੱਕ ਕੰਬਲ ਜ਼ਰੂਰ ਰਾਤ ਨੂੰ ਸੌਣ ਲਈ ਉੱਪਰ ਲੈ ਲਈ ਕੰਬਲ ਦੋੜਾ ਵਗੈਰਾ ਜਿਹੜਾ ਵੀ ਤੁਸੀਂ ਲਿਆਣ ਲਿਆ ਸਕਦੇ ਹੋ ਤੇ ਇੱਕ ਹੋ ਗਏ ਆਪਣਾ ਆਡੋਮਾਸ ਜਦੋਂ ਤੁਹਾਡੀ ਫਟੀਕ ਲੱਗਣੀ ਹੈ ਠੀਕ ਹੈ ਤਾਂ ਉੱਥੇ ਮੱਛਰ ਵਗੈਰਾ ਬਹੁਤ ਹੋਇਆ ਕਰਨਾ ਤੁਹਾਡੇ ਮੱਛੇ ਲੜੇ ਕਰਨਾ ਤਾਂ ਆਡੋਮਾਸ ਜਿਹੜੀ ਉਹ ਤੁਸੀਂ ਦੋ ਤਿੰਨ ਆਪਣੇ ਨਾਲ ਜ਼ਰੂਰ ਲੈ ਕੇ ਜਾਣੀਏ ਨੇ ਉਹ ਤੁਹਾਡੇ ਜੇਬ 'ਚ ਰੱਖਿਓ ਆਡੋਮਾਸ ਲਗਾ ਕੇ ਹੀ ਨਿਕਲਣਾ ਬਾਹਰ ਮੱਛਰ ਵਗੈਰਾ ਉੱਥੇ ਬਹੁਤ ਜ਼ਿਆਦਾ ਹੁੰਦਾ ਤਾਂ ਕਿ ਤੁਸੀਂ ਬਿਮਾਰ ਹੋ ਸਕਦੇ ਹੋ ਇਸ ਤੋਂ ਇਲਾਵਾ ਇੱਕ ਥਾਲਾ ਹੋ ਗਿਆ ਰੋਟੀ ਖਾਣ ਲਈ ਇੱਕ ਉਲੀ ਗਲਾਸ वैसे ये भी ਤੁਹਾਨੂੰ ਟ੍ਰੇਨਿੰਗ ਸੈਂਟਰ ਦੇ ਵਿੱਚੋਂ ਮਿਲ ਜਾਣਾ ਠੀਕ ਹੈ ਕੌਲੀ ਕਲਾਸ ਨਾਲ ਤਾਂ ਤੁਸੀਂ ਆਪਣਾ ਪਰਸਨਲ ਵੀ ਲਿਆ ਸਕਦੇ ਹੋ ਠੀਕ ਹੈ ਜੀ ਇਸ ਤੋਂ ਇਲਾਵਾ ਜੇ ਆਪਾਂ ਖਾਣ ਦੀ ਚੀਜ਼ਾਂ ਦੀ ਗੱਲ ਕਰੀ ਤਾਂ ਕਿਉਂ ਜ਼ਰੂਰ ਲੈ ਕੇ ਆਣਾ ਆਪਣੇ ਨਾਲ ਕਿਉਂ ਹੋ ਗਿਆ ਤੇ ਗੁੜ ਇਹ ਦੋ ਚੀਜ਼ਾਂ ਜ਼ਰੂਰ ਆ ਆਪਣੇ ਨਾਲ ਤੁਸੀਂ ਲਿਆ ਸਕਦੇ ਹੋ ਤੋਂ ਇਹ ਸਾਰੀ ਲਿਸਟ ਸੀ ਆਪਣੀ ਜੀ ਦਾ ਕੀ ਹੈ ਟ੍ਰੇਨਿੰਗ ਸੈਂਟਰ ਦੇ ਵਿੱਚ ਤੁਹਾਨੂੰ ਲੋੜ ਰਹਿਣੀ ਹੈਗੀ ਇਹ ਲਿਸਟ ਠੀਕ ਹੈ ਤੁਸੀਂ ਸਾਰੀਆਂ ਚੀਜ਼ਾਂ ਨੂੰ ਨੋਟ ਕਰ ਸਕਦੇ ਹੋਗੇ ਤੇ ਇਸ ਤੋਂ ਇਲਾਵਾ ਇੱਕ ਵਰਦੀ ਹੈ ਜਿਹੜੀ ਆਪਣੀ ਡਿਊਟੀ ਵਾਰ ਕਰਨ ਜਦੋਂ ਵੀ ਟ੍ਰੇਨਿੰਗ ਸੈਂਟਰ ਦੇ ਵਿੱਚ ਵਾਰ ਡਿਊਟੀ ਜਾਣੀ ਹੈ ਤਾਂ ਇੱਕ ਆਪਣੀ ਵਰਦੀ ਜਿਹੜੀ ਤੁਸੀਂ ਪਹਿਲਾਂ ਹੀ ਜ਼ਿਲ੍ਹੇ 'ਚ ਜਾਓਗੇ ਤਦ ਉਹ ਸਮਾ ਲਓ ਫਿਟਿੰਗ ਵਾਲੀ ਵਰਦੀ ਆਪਣੀ ਇੱਕ ਜਾਂ ਦੋ ਕਿਉਂਕਿ ਜਿਹੜੀਆਂ ਟ੍ਰੇਨਿੰਗ ਸੈਂਟਰ ਦੇ ਵਿੱਚ ਤੁਹਾਨੂੰ ਵਰਦੀਆਂ ਮਿਲਣੀਆਂ ਉਹ ਖੁੱਲੀਆਂ ਮਿਲਣੀਆਂ ਨੇ ਪ੍ਰੀਅਰਡ ਵਾਲੀਆਂ ਉਹ ਕੀ ਹੈ ਜਿਹੜੀ ਪੈਂਟ ਹੋਣੀ ਹੈ ਤੁਹਾਡੀ ਧੁੰਨੀ ਤੇ ਬੰਨੀ ਜਾਣੀ ਹੈਗੀ ਖੁੱਲੀਆਂ ਪੈਂਟਾਂ ਹੋਣੀਆਂ ਤੇ ਵੱਡੀਆਂ ਝੋੜ ਵਾਲੀਆਂ ਹੋਣੀਆਂ ਪੈਂਟ ਠੀਕ ਹੈ ਤਾਂ ਤੁਸੀਂ ਆਪਣੀ ਇੱਕ ਫਿਟਿੰਗ ਵਾਲੀ ਜਿਹੜੀ ਵਰਦੀ ਹੈ ਇੱਕ ਜਾਂ ਦੋ ਆਪਦੀ ਸਹੂਦਾ ਅਨੁਸਾਰ ਆਪਣੇ ਜ਼ਿਲ੍ਹੇ ਚੋਂ ਹੀ ਕੀ ਸਮਾ ਕੇ ਲੈ ਜਾਣੀ ਨੇ ਨਾਲ ਸੋ ਇਹ ਸਾਰੇ ਸਮਾਨ ਦੀ ਜਿਹੜੀ ਤੁਹਾਨੂੰ ਉੱਥੇ ਜ਼ਰੂਰਤ ਪੈਣੀ ਆ ਤੇ ਇਹ ਸਾਰਾ ਸਮਾਨ ਤੁਸੀਂ ਚਾਹੋ ਤਾਂ ਲਿਜਾ ਵੀ ਸਕਦੇ ਹੋ ਆਪਣੇ ਨਾਲ ਜਾਂ ਫਿਰ ਇਹਦੇ ਵਿੱਚੋਂ ਸਾਰਾ ਸਮਾਨ ਲੈ ਕੇ ਜਾਣ ਦੀ ਲੋੜ ਐ ਨਹੀਂ ਤੁਹਾਨੂੰ ਕਿਉਂਕਿ ਜਿਹੜਾ ਇਹ ਸਾਰਾ ਸਮਾਨ ਮੈਂ ਤੁਹਾਨੂੰ ਦੱਸਿਆ ਨਾ ਇਹ ਸਾਰਾ ਸਮਾਨ ਤੁਹਾਨੂੰ ਉੱਥੋਂ ਮਿਲ ਜਾਣਾ ਕੈਂਟੀਨ ਦੇ ਵਿੱਚੋਂ ਟ੍ਰੇਨਿੰਗ ਸੈਂਟਰ ਦੇ ਵਿੱਚੋਂ ਤੁਸੀਂ ਉਹ ਉੱਥੋਂ ਇਹ ਸਾਰਾ ਸਮਾਨ ਲੈ ਲਿਜਾ ਸਕਦੇ ਹੋ ਪਰ ਜਿਹੜਾ ਜਿਹੜੇ ਸਮਾਨ ਦੀ ਆਪਾਂ ਡੇਲੀ ਯੂਜ਼ ਕਰਦੇ ਆ ਨਾ ਠੀਕ ਆ ਉਹ ਸਮਾਨ ਜ਼ਰੂਰ ਲੈ ਕੇ ਜਾਣਾ ਨਾਲ ਜਿਹਦੇ ਬਿਨਾਂ ਆਪਾਂ ਨੂੰ ਸਰਦਾ ਹੀ ਨਹੀਂ ਬਿਲਕੁਲ ਵੀ ਠੀਕ ਹੈ ਨਾ ਜਿਵੇਂ ਹੋਊਗਾ ਤੌਲੀਆ ਬਣਾਇਨਾ ਹੋ ਗਿਆ ਟੂਥਪੇਸਟ ਹੋ ਗਿਆ ਠੀਕ ਹੈ ਕੰਗਾ ਹੋ ਗਿਆ ਚੱਪਲਾਂ ਹੋ ਗਈਆਂ ਸਾਬਣਾਂ ਹੋ ਗਈਆਂ ਠੀਕ ਹੈ ਜੀ ਇਹਨਾਂ ਚੀਜ਼ਾਂ ਵਗੈਰਾ ਆਪਾਂ ਨੂੰ ਬਿਲਕੁਲ ਨਹੀਂ ਸਰਦਾ ਪਾਣੀ ਵਾਲੀ ਬੋਤਲ ਹੋ ਗਈ ਠੀਕ ਹੈ ਟਰੰਕ ਹੋ ਗਿਆ ਤਾਲੇ ਹੋ ਗਏ ਜਿੰਨੀਆਂ ਚੀਜ਼ਾਂ ਹਨ ਆਪਾਂ ਨੂੰ ਬਿਲਕੁਲ ਨਹੀਂ ਸਰਦਾ ਅੰਡਰਵੇਅਰ ਹੋ ਗਏ ਠੀਕ ਹੈ ਉਹ ਤੁਹਾਨੂੰ ਪਤਾ ਵੀ ਕਿਹੜੀਆਂ ਚੀਜ਼ਾਂ ਨੇ ਜਿੰਨਾ ਜਿਹੜੀਆਂ ਆਪਣੇ ਡੇਲੀ ਜੂਰੀ ਦੇ ਵਿੱਚ ਆਉਂਦੀਆਂ ਨੇ ਇਹਨਾਂ ਚੀਜ਼ਾਂ ਹਨ ਆਪਾਂ ਨੂੰ ਸਰਦਾ ਨਹੀਂ ਠੀਕ ਹੈ ਉਹ ਚੀਜ਼ਾਂ ਤੁਸੀਂ ਨਾਲ ਲੈ ਕੇ ਜਾਣੀਆਂ ਨੇ ਤੇ ਜਦੋਂ ਤੁਹਾਡਾ ਬੈਚ ਬੰਨਾ ਹੈ ਠੀਕ ਹੈ ਜਦੋਂ ਤੁਸੀਂ ਟ੍ਰੇਨਿੰਗ ਲਈ ਜਾਣਾ ਤਾਂ ਤੁਹਾਡੇ ਜਿਹੜਾ ਜ਼ਿਲ੍ਹਾ ਤੁਹਾਡੇ ਜ਼ਿਲ੍ਹੇ ਚੋਂ ਵੀ ਉਹ ਬੱਸਾਂ ਨੇ ਤੁਹਾਨੂੰ ਵੀ ਇਹ ਟ੍ਰੇਨਿੰਗ ਸੈਂਟਰ ਦੇ ਵਿੱਚ ਛੱਡ ਕੇ ਆਉਣਾ। ਸੋ ਇਸ ਗੱਲ ਦੀ ਚਿੰਤਾ ਨਹੀਂ ਕਰਨੀ ਵੀ ਇੰਨਾ ਸਮਾਨ ਜਿਹੜਾ ਅਸੀਂ ਲੈ ਕੇ ਕਿਵੇਂ ਜਾਣਾਗਾ। ਠੀਕ ਹੈ, ਟਰੰਕ ਤੁਸੀਂ ਲੈ ਕੇ ਜਾਣਾ, ਟਰੰਕ ਆਪਣੀ ਬੱਸਾਂ ਦੇ ਵਿੱਚ ਰੱਖ ਦੇਣਾ, ਟਰੰਕਾਂ ਦੇ ਵਿੱਚ ਆਪਣਾ ਸਮਾਨ ਰੱਖ ਦੇਣਾ, ਬੈਗ ਰੱਖ ਦੇਣਾ ਆਪਣੇ ਇੱਕੋ ਜਿਹੇ ਦੋ ਜਿੰਨੇ ਵੀ ਬੈਗ ਹੋਣਗੇ ਨਾਲ। ਠੀਕ ਹੈ। ਤੇ ਉਹਨਾਂ ਬੱਸਾਂ ਨੇ ਤੁਹਾਨੂੰ ਟ੍ਰੇਨਿੰਗ ਸੈਂਟਰ ਦੇ ਵਿੱਚ ਲੈ ਕੇ ਆਣਾ ਤੇ ਤੁਹਾਡਾ ਸਮਾਨ ਵੀ ਲੈ ਕੇ ਜਾਣਾਗਾ। ਠੀਕ ਹੈ ਜੀ ਉੱਥੇ ਤੁਸੀਂ ਆਪਣਾ ਸਮਾਨ ਉਤਾਰ ਲੈਣਾ, ਤੁਹਾਨੂੰ ਹੋਸਟਲ ਮਿਲ ਜਾਣਾ ਤੇ ਆਪਣੇ ਕਮਰੇਾਂ ਦੇ ਵਿੱਚ ਰੱਖ ਦੇਣਾ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਕਸਟੈਂਸ਼ਨ ਬੋਰਡ ਤੇ ਕੱਪੜੇ ਸੁਕੋਣ ਵਾਲੀ ਰੱਸੀ ਇਹ ਚੀਜ਼ਾਂ ਨਹੀਂ ਭੁੱਲਣੀਆਂ ਕਿ ਤੁਸੀਂ ਨੇ ਠੀਕ ਹੈ ਇਹਨਾਂ ਦਾ ਉੱਤੇ ਬਹੁਤ ਰੌਲਾ ਪੈਂਦਾ ਹੈਗਾ ਇਹ ਚੀਜ਼ਾਂ ਲੈ ਕੇ ਜਾਣੀ ਜਾਣੀਆਂ ਨੇ ਨਾਲ ਠੀਕ ਹੈ ਤੇ ਜੀ ਇੱਕ ਆਪਣਾ ਨਾਲ ਜੋ ਹੈ ਮੈਡੀਕਲ ਦਾ ਇੱਕ ਬਕਸਾ ਛੋਟਾ ਜਿਹਾ ਜਰੂਰ ਲੈ ਕੇ ਜਾਣਾ ਫਰਸਟ ایڈ ਬਾਕਸ ਕਹਿੰਦੇ ਨੇ ਜਿਹਨੂੰ ਆਪਾਂ ਠੀਕ ਹੈ ਜੀ ਕਈ ਵਾਰੀ ਉੱਥੇ ਸੱਟ ਵੇਡ ਲੱਗ ਜਾਂਦੀ ਹੈ ਬੰਦੇ ਤੇ ਜਾਂ ਕੀ ਹੈ ਬੰਦਾ ਬਿਮਾਰ ਹੋ ਜਾਂਦਾ ਹੈ ਖੰਗ ਜ਼ਖਾਮ ਲੱਗ ਗਿਆ ਠੀਕ ਹੈ ਬੁਖਾਰ ਹੋ ਗਿਆ ਸਿਰ ਦਰਦ ਹੋਣ ਲੱਗ ਗਿਆ ਤਾਂ ਇਹ ਸਭ ਜਿਹੜੀਆਂ ਗੋਲੀਆਂ ਨੇ ਉਹ ਤੁਸੀਂ ਨੇ ਆਪਦੇ ਨਾਲ ਜ਼ਰੂਰ ਲੈ ਕੇ ਜਾਣੀਆਂ ਨੇ ਇੱਕ ਛੋਟਾ ਜਿਹਾ ਬਕਸਾ ਲੈ ਲੈਣਾ ਉਹਦੇ ਵਿੱਚ ਰੱਖ ਦੇਣੀਆਂ ਨੇ ਠੀਕ ਹੈ ਤੇ ਇੱਕ ਬੈਂਡੇਜ ਜ਼ਰੂਰ ਲੈ ਕੇ ਜਾਣੇ ਨੇ ਕਾਟਨ ਬਾਲ ਤੇ ਇੱਕ ਕੈਂਚੀ ਜ਼ਰੂਰ ਠੀਕ ਹੈ ਆਪਣੇ ਕੋਲ ਰੱਖਣੀ ਹੈ ਰੱਬ ਅਗਰੇ ਇਹਨਾਂ ਸਭ ਚੀਜ਼ਾਂ ਦੀ ਜ਼ਰੂਰ ਤੁਹਾਨੂੰ ਨਾ ਹੀ ਪਵੇ ਠੀਕ ਹੈ ਜੀ ਪਰ ਲੈ ਕੇ ਜ਼ਰੂਰ ਜਾਣੇ ਨੇ ਕਈ ਵਾਰੀ ਨਾਲ ਦੇ ਨੂੰ ਜ਼ਰੂਰਤ ਪੈ ਜਾਂਦੀ ਹੈ ਜਾਂ ਤੁਹਾਨੂੰ ਵੀ ਕਈ ਵਾਰੀ ਹੈ ਨਾ ਉੱਥੇ ਮੌਸਮ ਬਦਲਦਾ ਰਹਿੰਦਾ ਇਨਫੈਕਸ਼ਨ ਹੋਊਗੀ ਕੰਗ ਜਖਾਮ ਬੁਖਾਰ ਹੋ ਗਿਆ ਸੋ ਇਹ ਚੀਜ਼ਾਂ ਜ਼ਰੂਰ ਤੁਸੀਂ ਇਹ ਜੋ ਆਪਣੇ ਨਾਲ ਲੈ ਕੇ ਜਾਣੀਆਂ ਨੇ ਸੋ ਉਮੀਦ ਕਰਦਾ ਹਾਂ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਹੋਗਾ ਵੀ ਕਿਹੜੀਆਂ ਚੀਜ਼ਾਂ ਤੁਸੀਂ ਆਪਣੇ ਨਾਲ ਆ ਜੋ ਲੈ ਕੇ ਜਾਣੀਆਂ ਨੇ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਤੋਂ ਟ੍ਰੇਨਿੰਗ ਸੈਂਟਰ 'ਚ ਮਿਲ ਜਾਣਗੀਆਂ ਸੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਬਹੁਤ ਜਲਦੀ ਇੱਕ ਹੋਰ ਵੀਡੀਓ ਲੈ ਕੇ ਆ ਜੋ ਤੁਹਾਡੇ ਲਈ ਅਸੀਂ ਹਾਜ਼ਰ ਹੋਣਾ ਤਦ ਤੱਕ ਲਈ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸ਼ਸ਼ਟਿਕਾਲ